ਸਿੱਧੂ ਮੂਸੇਵਾਲਾ ਦੀ ਮਾਤਾ ਨੇ ਦਿੱਤਾ ਦੋ ਬੱਚਿਆਂ ਨੂੰ ਜਨਮ। ਉੱਥੇ ਦੋਸਤੋ ਆਹ ਦੋ ਤਿੰਨ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤੀਆਂ ਨੇ, ਜਿੱਥੇ ਕਿ ਇੱਕ ਟਵਿੰਨ ਬੱਚੇ ਹਨ ਅਤੇ ਇੱਕ ਪਾਸੇ ਇੱਕ ਮਾਤਾ, ਜੋ ਕਿ ਡਿਲੀਵਰੀ ਟਾਈਮ ਦੀ ਜੋ ਵੀਡੀਓ ਦੱਸੀ ਜਾ ਰਹੀ ਹੈ ਕਿ ਇਹ ਚਰਨ ਕੌਰ ਜੀ ਦੀ ਵੀਡੀਓ ਆ। ਉੱਥੇ ਦੋਸਤੋ ਪਿਛਲੇ ਦੋ ਤਿੰਨ ਦਿਨਾਂ ਤੋਂ ਤਾਂ ਸੋਸ਼ਲ ਮੀਡੀਆ ਇੰਨਾ ਕੁ ਜ਼ਿਆਦਾ ਇਸ ਖਬਰ ਦੇ ਨਾਲ ਹੀ ਭਰ ਗਿਆ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਹੁਣ ਹਸਪਤਾਲ ਦੇ ਵਿੱਚ ਦਾਖਲ ਹੋ ਗਏ, ਉਹਨਾਂ ਨੂੰ ਐਂਬੂਲੈਂਸ 'ਤੇ ਲੈ ਗਏ ਹਨ ਅਤੇ ਉੱਥੇ ਦੋਸਤੋ ਉਹਨਾਂ ਦੇ ਘਰ ਵਧਾਈਆਂ ਹੋ ਗਈਆਂ, ਲੱਡੂ ਵੰਡੇ ਗਏ ਅਤੇ ਉਹਨਾਂ ਦੇ ਘਰ ਗਾਜੇ ਵਾਜੇ ਹੋ ਗਏ। ਅਫਸਾਨਾ ਖਾਣ ਦੀਆਂ ਵੀਡੀਓ ਵੀ ਵਾਇਰਲ ਕੀਤੀਆਂ ਨੇ। ਉੱਥੇ ਦੋਸਤੋ ਉਹਨਾਂ ਦੀ ਭੂਆ ਕਹਿ ਕੇ ਜਸਵਿੰਦਰ ਬਰਾੜ ਦੀਆਂ ਵੀਡੀਓ ਵੀ ਬਹੁਤ ਸਾਰੀਆਂ ਵਾਇਰਲ ਹੋਈਆਂ ਹਨ। ਉੱਥੇ ਦੋਸਤੋ ਅਜਿਹੀ ਹਜੇ ਤੱਕ ਕੋਈ ਵੀ ਗੱਲ ਨਹੀਂ ਹੋਈ ਹੈ, ਕਿਉਂਕਿ ਦੋਸਤੋ ਅਸੀਂ ਉਹਨਾਂ ਦੇ ਪਿੰਡ ਤੋਂ ਇਹ ਪੁਸ਼ਟੀ ਕਰ ਰਹੇ ਹਾਂ ਕਿ ਉਹਨਾਂ ਦੇ ਘਰ ਹਜੇ ਤੱਕ ਕੋਈ ਵੀ ਅਜਿਹੀ ਖਬਰ ਨਿਕਲ ਕੇ ਸਾਹਮਣੇ ਨਹੀਂ ਆਈ। ਉੱਥੇ ਦੋਸਤੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਜੋ ਮਾਤਾ ਹਨ ਉਹ ਸਹੀ ਸਲਾਮਤ ਰਹਿਣ, ਉੱਥੇ ਦੋਸਤੋ ਕਮੈਂਟਾਂ ਦੇ ਵਿੱਚ ਆਉਣ ਵਾਲੇ ਬੱਚਿਆਂ ਦੇ ਲਈ ਵਾਹਿਗੁਰੂ ਜ਼ਰੂਰ ਲਿਖੋ। ਜੇਕਰ ਇੱਦਾਂ ਦੀ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਜੁੜੇ ਇੱਦਾਂ ਦੇ ਹੋਰ ਵੀਡੀਓ ਦੇਖਣ ਲਈ ਰੱਬ ਰਾਖਾ।